ਹਲੀਫਾ ਹਰੂਨ ਰਸ਼ੀਦ ਨੂੰ ਕਿਸੇ ਨੇ ਕਿਹਾ ਵੀ ਮਸਜਿਦ ਬਣਾ, ਕੀ ਕਿਹਾ? ਉੱਚੀ ਬੋਲਿਆ ਜੀ, ਕੀ ਬਣਾ? ਮਸਜਿਦ ਹੈ, ਬਾਹਰ ਖੜੇ ਜਿਹੜੇ ਉੱਤੇ ਖੜੇ ਨੇ, ਜਿਹੜੇ ਬਾਹਰ ਬੈਠੇ ਨੇ ਸੜਕ 'ਤੇ, ਜਿਹੜੇ ਇੱਥੇ ਨੇ, ਸਾਰਿਆਂ ਵਾਸਤੇ। ਹਲੀਫਾ ਹਰੂਨ ਰਸ਼ੀਦ ਨੇ ਐਲਾਨ ਕੀਤਾ ਵੀ ਮਸਜਿਦ ਬਣਾਉਣੀ ਹੈ ਅਤੇ ਮੈਂ ਕਿਸੇ ਕੋਲ ਚੰਦਾ ਇਕੱਠਾ ਨਹੀਂ ਕਰਨਾ ਅਤੇ ਆਪਣੇ ਖਜ਼ਾਨਿਆਂ ਵਿੱਚੋਂ ਵੀ ਪੈਸਾ ਨਹੀਂ ਲੈਣਾ। ਜਿਹੜੇ ਪੈਸੇ ਜ਼ਾਤੀ ਮੇਰੇ ਨੇ ਨਾ, ਉਹਨਾਂ ਪੈਸਿਆਂ 'ਤੇ ਮੈਂ ਮਸਜਿਦ ਬਣਾਉਣੀ ਹੈ। ਕਿਸੇ ਦਾ ਹਿੱਸਾ ਵਿੱਚ ਪਾਉਣਾ? ਇਹ ਸੁਣਿਓ, ਕਿਸੇ ਦਾ ਹਿੱਸਾ ਵਿੱਚ ਪਾਉਣਾ? ਕੋਈ ਨਹੀਂ। ਬਾਬਾ ਜੀ ਜਦੋਂ ਇੰਨੀ ਗੱਲ ਕੀਤੀ, ਮਸਜਿਦ ਬਣਨੀ ਤਿਆਰ ਹੋ ਗਈ। ਇੱਕ ਮਜ਼ਦੂਰਦਾਰ ਬੰਦਾ ਸੀ, ਇਹ ਸੁਣਿਓ, ਇਹ ਨਹੀਂ ਵੀ ਜਿਹੜਾ 5,000 ਦੇਵੇ ਉਹੀ ਚੌਧਰੀ ਵੱਡਾ ਜੀ, ਜਿਹੜਾ ਵੱਡਾ ਕੰਮ ਕਰਾਵੇ ਉਹ ਬੱਲੇ ਬੱਲੇ ਉਹਦੀ, ਨਹੀਂ ਹੋ ਸਕਦਾ ਜਿਹਨੇ 100 ਦਿੱਤਾ ਉਹ 5,000 ਤੋਂ ਵੀ ਉੱਤੇ ਹੋਵੇ। ਇਹ ਸੋਚ, ਇਹ ਨਹੀਂ ਡਰੀ ਦਾ ਨਹੀਂ ਵੀ ਮੈਂ 50 ਰੁਪਿਆ ਦੇਣਾ, ਤੇਰੇ 50 ਦੀ ਬੜੀ ਅਹਿਮੀਅਤ ਹੈ, ਅੱਲਾਹ ਤੇਰੀ ਆਮਦਨੀ ਵੇਖ ਰਿਹਾ ਕਿ ਤੂੰ ਕਿੰਨੇ ਕੁ ਜੋਗਾ ਹੈ ਅਤੇ ਤੂੰ ਫਿਰ ਵੀ ਹਿੱਸਾ ਪਾਇਆ। ਇਹ ਗੱਲ ਸੁਣੀ ਅਤੇ ਫਿਰ ਤੇਰੇ ਦਿਲ 'ਚ ਨਕਸ਼ ਕਰ ਜਾਵਾਂਗਾ। ਉਹ ਮਜ਼ਦੂਰ ਨੇ ਨਾ ਬੰਦਿਆਂ ਨੂੰ ਪੁੱਛਿਆ ਵੀ ਕੀ ਪਿਆ ਬਣਦਾ, ਜਿਵੇਂ ਇੱਥੇ ਮਸਜਿਦ ਬਣਦੀ ਹੋਵੇ ਤਾਂ ਰਸਤੇ 'ਚ ਕੋਈ ਜਾਂਦਾ? ਉਹਨਾਂ ਕਿਹਾ ਜੀ ਮਸਜਿਦ ਤਮੀਰ ਹੋ ਰਹੀ, ਅੱਲਾਹ ਦਾ ਘਰ ਬੰਦ। ਅੱਛਾ, ਕੌਣ ਬਣਾ ਰਿਹਾ ਜੀ? ਹਲੀਫਾ ਹਰੂਨ ਰਸ਼ੀਦ ਤਿਆਰ ਕਰਦੇ ਪਏ ਨੇ। ਉਹਨਾਂ ਕਿਹਾ ਵੀ ਹਿੱਸਾ, ਉਹਨਾਂ ਕਿਹਾ ਜੀ, ਉਹਨੇ ਕਿਹਾ ਮੈਂ ਕਿਸੇ ਦਾ ਹਿੱਸਾ ਵਿੱਚ ਪਾਉਣਾ, ਆਪਣੇ ਜ਼ਾਤੀ ਪੈਸਿਆਂ ਤੋਂ ਅੱਲਾਹ ਦਾ ਘਰ ਬਣਾਉਣਾ, ਇੱਕ ਮਸਜਿਦ ਬਣਾਉਣੀ ਆਪਣੇ ਜ਼ਾਤੀ ਪੈਸਿਆਂ ਦੇ। ਅੱਛਾ, ਇੱਧਰ ਸੁਣਿਓ, ਉਹ ਬਾਬਾ ਜੀ ਮਜ਼ਦੂਰਦਾਰ ਬੰਦਾ ਸੀ, ਉਹਨੇ ਨਾ ਦਿਹਾੜੀ ਲਾਈ, ਤਵੱਜੋ ਕਰਿਓ, ਉਹ ਜਿੰਨੇ ਪੈਸੇ ਲੱਭੇ ਨਾ ਉਹਨੇ ਮੌਲਾ ਨੂੰ ਮਸਜਿਦ 'ਚ ਜਾ ਕੇ ਕਿਹਾ, ਮੌਲਾ ਹੈ ਅਤੇ ਬੰਦਾ ਪੈਸੇ ਵਿੱਚ ਪਾਉਂਦਾ ਹੀ ਨਹੀਂ, ਸਾ ਕਿਸੇ ਦਾ ਲੈਂਦਾ ਹੀ ਨਹੀਂ, ਅਤੇ ਕੀ ਕਰਾਂ? ਅੱਲਾਹ ਦੀ ਤਰਫੋਂ ਉਹਦੇ ਜ਼ਿਹਨ ਵਿੱਚ ਖਿਆਲ ਆਇਆ, ਇੱਧਰ ਤਵੱਜੋ ਕਰਿਓ, ਖਿਆਲ ਕੀ ਆਇਆ? ਜ਼ਰੂਰੀ ਨਹੀਂ ਹੁੰਦਾ, ਤੂੰ ਹਿੱਸਾ ਜ਼ਰੂਰ ਲੈ, ਥੋੜ੍ਹਾ ਲੈ, 1 ਰੁਪਇਆ ਵੀ ਤੂੰ ਇੱਥੇ ਰੱਖੇਂਗਾ ਨਾ ਉਹ ਸਾਡੇ ਵਾਸਤੇ ਲੱਖ ਹੈ, 1 ਰੁਪਇਆ ਵੀ ਸਾਡੇ ਵਾਸਤੇ ਲੱਖ ਹੈ ਤੇਰਾ। ਉਹਨੂੰ ਉਸ ਬੰਦੇ ਨੂੰ ਹਕਾਰਤ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਏਗਾ ਜੀ, ਇਹ ਥੋੜ੍ਹੇ ਦਿੰਦਾ ਪਿਆ ਅਤੇ ਆ ਜ਼ਿਆਦਾ ਦਿੰਦਾ ਪਿਆ, ਕਿਸੇ ਦੀ ਕੋਈ ਜ਼ਬਰਦਸਤੀ ਨਹੀਂ, ਅੱਲਾਹ ਦੀ ਰਜ਼ਾ ਵਾਸਤੇ ਕਰਨਾ, ਮੇਰੇ ਵਾਸਤੇ ਨਹੀਂ ਕਰਨਾ, ਇਹਨਾਂ ਵਾਸਤੇ ਨਹੀਂ ਕਰਨਾ। ਜੁਮਲੇ ਸੁਣ, ਉਹਨੇ ਕਿਹਾ ਮੌਲਾ ਹੈ ਤਾਂ ਪੈਸੇ ਕਿਸੇ ਦੇ ਲੈਂਦਾ ਹੀ ਨਹੀਂ। ਉਹਦੇ ਜ਼ਿਹਨ ਵਿੱਚ ਖਿਆਲ ਆਇਆ, ਉਹਨੇ ਬਾਬਾ ਜੀ ਅੱਧੀ ਦਿਹਾੜੀ ਦੀਆਂ ਇੱਟਾਂ ਲਈਆਂ ਜਿੰਨੀਆਂ ਵੀ ਆਉਣੀਆਂ ਸਨ, ਹੈ ਉਹਨੇ ਇੱਟਾਂ ਲੈ ਕੇ ਜਿੱਥੇ ਮਟੀਰੀਅਲ ਪਿਆ ਸੀ ਨਾ ਮਸਜਿਦ ਦਾ, ਉਹਨੇ ਰਾਤ ਦੇ ਅੰਧੇਰੇ ਵਿੱਚ ਉਹਨਾਂ ਇੱਟਾਂ ਵਿੱਚ ਆਪਣੀਆਂ ਇੱਟਾਂ ਵੀ ਰੱਖ ਛੱਡੀਆਂ। ਆਏ ਹਾਏ ਹਾਏ, ਇਹ ਵੇਖਿਓ ਤਕਰੀਰ ਕੀ ਹੈ, ਬਿਆਨ ਕੀ ਹੈ, ਨਸੀਹਤ ਕੀ ਹੈ, ਸਮਝਿਓ, ਐਵੇਂ ਨਹੀਂ ਗੱਲ। ਉਹਨੇ ਇੱਟਾਂ ਰੱਖ ਕੇ ਟੁਰ ਗਿਆ, ਹੁਣ ਕਿਸੇ ਨੂੰ ਕੀ ਪਤਾ ਸੀ ਵੀ ਇੱਟਾਂ ਪਈਆਂ ਨੇ ਇੱਥੇ, ਉਹਨਾਂ ਇੱਟਾਂ ਵਿੱਚ ਉਹ ਵੀ ਇੱਟਾਂ ਲੱਗ ਪਈਆਂ। ਰਾਤ ਗੁਜ਼ਰੀ, ਰਾਤ ਪਈ, ਅੱਧੀ ਰਾਤ ਦਾ ਵੇਲਾ, ਖਲੀਫਾ ਹਰੂਨ ਰਸ਼ੀਦ ਖਾ ਪਿਆ ਵਹਿੰਦਾ ਕਿ ਜੰਨਤ ਵਿੱਚ 2 ਮਹੱਲ ਬਣੇ ਨੇ। ਸੁਭਾਨ ਅੱਲਾਹ, ਬੋਲਿਆ ਜੀ ਜ਼ਰਾ, ਕਿੰਨੇ ਮਹੱਲ? ਇੱਧਰ ਵੇਖੋ, ਜੰਨਤ ਵਿੱਚ 2 ਮਹੱਲ, ਖੁਸ਼ ਨਸੀਬ ਹੈ ਅਗਰ ਤੇਰਾ ਰੁਪਈਆ ਲੱਗ ਗਿਆ, ਖੁਸ਼ ਨਸੀਬ ਹੈ। ਐਮ ਨਾ ਸਮਝੀ ਵੀ ਕੋਈ ਗੱਲ ਨਹੀਂ, ਮੈਨੂੰ ਕਿਹੜਾ ਵਹਿੰਦਾ ਪਿਆ ਸੀ, ਮੈਂ ਛੱਤ 'ਤੇ ਬੈਠਾ ਸਾਂ ਜਾਂ ਮੈਂ ਸੜਕ 'ਤੇ ਬੈਠਾ, ਮੈਨੂੰ ਕਿਹੜਾ ਵਹਿੰਦਾ, ਉਹ ਵਹਿੰਦਾ ਪਿਆ। ਇੱਧਰ ਤਵੱਜੋ, ਉਹਨੇ ਬਾਬਾ ਜੀ 2 ਮਹੱਲ ਵੇਖੇ ਹਰੂਨ ਰਸ਼ੀਦ, 1 ਮਹੱਲ 'ਤੇ ਲਿਖਿਆ ਸੀ ਕਿ ਇਹ ਮਹੱਲ ਖਲੀਫਾ ਹਰੂਨ ਰਸ਼ੀਦ ਹੈ, ਅਤੇ ਦੂਸਰੇ ਮਹੱਲ 'ਤੇ ਉਸ ਬੰਦੇ ਦਾ ਨਾਂ ਲਿਖਿਆ ਸੀ ਮਜ਼ਦੂਰ ਦਾ। ਸੁਭਾਨ ਅੱਲਾਹ, ਸਮਝਿਓ ਗੱਲ ਨੂੰ, ਸਮਝਿਓ, ਲੈ ਜਾਇਓ ਕੁਝ ਅਨਮੋਲ ਤੋਹਫਾ। ਐਨੀ ਗੱਲ ਕੀਤੀ, ਰੁਫਾ ਰਸ਼ੂਦ ਕਹਿੰਦਾ ਇਹ ਕਿੱਦਾਂ? ਉਹਨਾਂ ਕਿਹਾ ਜੀ ਤੁਹਾਡਾ ਇਹ ਕਿੱਦਾਂ? ਉਹਨਾਂ ਕਿਹਾ ਤੁਹਾਡੀ ਰਾਇਆ ਵਿੱਚ ਇੱਕ ਬੰਦਾ ਉਹਦਾ ਹਲੀਫਾ ਹਰੂਨ ਰਸ਼ੀਦ, ਉਹਦੇ ਅੰਦਰ ਜਾਣ ਲੱਗਾ। ਉਹਨਾਂ ਕਿਹਾ ਨਹੀਂ, ਤੁਹਾਨੂੰ ਇਜਾਜ਼ਤ ਨਹੀਂ, ਇਹ ਉਸ ਬੰਦੇ ਦਾ। ਇੱਧਰ ਤਵੱਜੋ ਕਰਿਓ, ਦਿਨ ਚੜਿਆ, ਜ਼ਿਹਨ ਵਿੱਚ ਉਹ ਨਾਂ ਸੀ ਆਪਣੇ ਫੌਜੀਆਂ ਨੂੰ ਦੌੜਾਇਆ, ਬੰਦਾ ਲੱਭੋ ਯਾਰ, ਇਹ ਬੰਦਾ ਕਿੱਥੇ ਦਾ? ਬੰਦਾ ਲੈ ਕੇ ਆ ਗਏ ਸ਼ਾਮ ਨੂੰ। ਹਲੀਫਾ ਕਹਿਣ ਲੱਗਾ, ਯਾਰ ਕੀ ਅਮਲ ਕਰਨਾ ਤੂੰ? ਮੈਂ ਰਾਤੀ ਖਾਬ ਦੇ ਵਿੱਚ ਤੇਰਾ ਮਹੱਲ ਆਪਣੇ ਮਹੱਲ ਦੇ ਨਾਲ ਵੇਖਿਆ, ਅਤੇ ਜਿਹੋ ਜਿਹਾ ਮੇਰਾ ਬਣਿਆ ਉਹੋ ਜਿਹਾ ਹੀ ਤੇਰਾ ਬਣਿਆ। ਲੱਖਾਂ ਦਸਾਂ ਦੀ ਗੱਲ ਨਹੀਂ, ਲੱਖਾਂ ਦਸਾਂ ਦੀ ਗੱਲ ਨਹੀਂ, ਗੱਲ ਨੀਅਤ ਦੀ, ਗੱਲ ਸੋਚ ਦੀ। ਜੁਮਲੇ ਸੁਣ, ਜਿਹੋ ਜਿਹਾ ਮੇਰਾ ਮਹੱਲ ਹੈ ਉਹੋ ਜਿਹਾ ਤੇਰਾ ਮਹੱਲ ਹੈ। ਕੀ ਕੀਤਾ ਜੀ? ਨਫਲ ਪੜ੍ਹੇ ਨੇ? ਉਹਨੇ ਕਿਹਾ ਨਹੀਂ, ਮੈਂ ਮਜ਼ਦੂਰਦਾਰ ਬੰਦਾ ਵਾਂ, ਇਬਾਦਤ ਦਾ ਕਦੀ ਵੇਲਾ ਮਿਲਦਾ ਕਦੀ ਨਹੀਂ ਮਿਲਦਾ। ਫਿਰ ਕੀ ਕੀਤਾ ਜੀ? ਉਹਨੇ ਕਿਹਾ ਜੀ ਮੈਂ, ਤੁਸੀਂ ਮਸਜਿਦ ਤਮੀਰ ਕਰਦੇ ਪਏ ਸੋ, ਮੈਂ ਸੁਣਿਆ ਸੀ ਵੀ ਤੁਸੀਂ ਕਿਸੇ ਦਾ ਹਿੱਸਾ ਨਹੀਂ ਲੈਂਦੇ,
ਅਤੇ ਮੈਂ ਦਿਹਾੜੀ ਲਾਈ ਅਤੇ ਅੱਧੇ ਪੈਸਿਆਂ ਦੀਆਂ ਇੱਟਾਂ ਲੈ ਕੇ ਨਾ ਤੁਹਾਡੀਆਂ ਇੱਟਾਂ ਵਿੱਚ ਰਾਤੀ ਰੱਖ ਗਿਆ। ਹੋ ਸਕਦਾ ਜੇ ਅੱਲਾ ਨੂੰ ਇਹ ਹੀ ਮੇਰਾ ਅਮਲ ਕਬੂਲ ਹੋ ਗਿਆ, ਹੋ ਸਕਦਾ ਜੇ ਇਹ ਮੇਰੀਆਂ ਕਿੰਨੀਆਂ ਇੱਟਾਂ ਹੋਣੀਆਂ ਨੇ ਬਾਬਾ ਦੱਸੋ, ਹੋ ਸਕਦਾ 100 ਵੀ ਨਾ ਹੋਵੇ। ਹੈਂ, ਇੱਟ ਨਹੀਂ ਵੇਖੀ ਉਹਨਾਂ ਨੇ, ਉੱਧਰ ਲੱਖਾਂ ਲੱਗਦੀਆਂ ਪਈਆਂ ਨੇ, ਇੱਧਰ ਅੱਧੀ ਦਿਹਾੜੀ ਦੀ ਇੱਟ ਲੱਗੀ ਹੈ ਅਤੇ ਮੱਲ ਇੱਕੋ ਜੈਸੇ, ਮੱਲ ਇੱਕੋ ਜੈਸੇ ਅਤੇ ਇੱਕ ਹੀ ਜਗ੍ਹਾ 'ਤੇ। ਉਹਨੇ ਕਿਹਾ ਮੈਂ ਇੱਟਾਂ ਉਹਨਾਂ ਇੱਟਾਂ ਵਿੱਚ ਰੱਖ ਗਿਆ ਸਾਂ ਕਿ ਤੁਸੀਂ ਇੰਝ ਤਾਂ ਪੈਸੇ ਲੈਣੇ ਕੋਈ ਨਹੀਂ, ਐਂ ਤਾਂ ਤੁਸੀਂ ਚੰਦਾ ਲੈਣਾ ਕੋਈ ਨਹੀਂ, ਚਲੋ ਸਾਡਾ ਵੀ ਹਿੱਸਾ ਵਿੱਚ ਪੈ ਜਾਏਗਾ। ਹੋ ਸਕਦਾ ਅੱਲਾ ਨੂੰ ਇਹ ਹੀ ਅਦਾ ਮੇਰੀ ਪਸੰਦ ਆਈ ਹੈ, ਅੱਲਾ ਨੂੰ ਉਹ ਅਦਾ ਏਡੀ ਪਸੰਦ ਆਈ, ਅੱਲਾ ਨੇ ਜਿਹੋ ਜਿਹਾ ਮੁਹੱਲ ਹਲੀਫਾ ਹਰੂਨ ਰਸ਼ੀਦ ਦਾ ਬਣਾਇਆ ਉਹੋ ਜਿਹਾ ਹੀ ਉਸ ਮਜ਼ਦੂਰ ਦਾ ਵੀ ਬਣਾ ਛੱਡਿਆ। ਰਹਿਮਤ ਦਾ ਦਰਿਆ ਇਲਾਹੀ ਹਰ ਦਮ ਵਗਦਾ। ਇੱਧਰ ਸੁਣੋ, ਇਹ ਕੋਈ ਪਤਾ ਨਹੀਂ ਕਿੱਦੋਂ ਕਿੱਦੋਂ ਬੇੜਾ ਪਾਰ ਹੋ ਜਾਣਾ, ਕਿਹੜਾ ਜਿਹੜਾ ਉਹ ਦਿੱਤਾ ਹੋਇਆ, ਕਿਉਂਕਿ ਟਾਈਮ ਹੀ ਹੁਣ ਮੁਕੰਮਲ ਹੋ ਗਿਆ।